ਬਠਿੰਡਾ ਸ਼ਹਿਰ ਦੇ ਵਿੱਚ ਸੁੰਦਰ ਕੁੜੀਆਂ ਦੇ ਮੁਕਾਬਲੇ ਕਰਵਾ ਕੇ ਵਿਦੇਸ਼ ਭੇਜਣ ਦੇ ਲੱਗੇ ਪੋਸਟਰਾਂ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਭਾਵੇਂ ਕਿ ਪੁਲਿਸ ਵੱਲੋਂ ਇਸ ਮਾਮਲੇ ਤੇ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਇਸ ਦੌਰਾਨ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਉਸ ਹੋਟਲ ਦੇ ਬਾਹਰ ਅਲਫ ਨੰਗਾ ਹੋ ਕੇ ਪ੍ਰਦਰਸ਼ਨ ਕੀਤਾ ਹੈ ਜਿੱਥੇ ਇਹ ਮੁਕਾਬਲਾ ਰੱਖਿਆ ਗਿਆ ਸੀ। ਵਿਜੇ ਕੁਮਾਰ ਦਾ ਕਹਿਣਾ ਹੈ ਕਿ ਇਹ ਜੋ ਘਟਨਾਕ੍ਰਮ ਵਾਪਰਿਆ ਹੈ ਇਸ ਨਾਲ ਸ਼ਹਿਰ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ ਹੈ ਅਤੇ ਇਹ ਹੋ ਨਹੀਂ ਸਕਦਾ ਕਿ ਹੋਟਲ ਮਾਲਕ ਨੂੰ ਇਸ ਪ੍ਰੋਗਰਾਮ ਦਾ ਪਤਾ ਹੀ ਨਾ ਹੋਵੇ। ਮੇਰਾ ਨਾਮ ਵਿਜੇ ਕੁਮਾਰ MC ਹੈ। ਮੈਂ ਸਵੀਟ ਮਿਲਣ ਦੇ ਅੱਗੇ ਇਸ ਵੇਲੇ ਖੜਿਆ, ਜਿਨ੍ਹਾਂ ਨੂੰ ਮੈਂ ਧਮਕਾ ਦੇ ਇਹ ਗੱਲ ਕਹੀ ਸੀ ਵੀ ਮੈਂ ਤੁਹਾਡੇ ਅੱਜ ਹੋਟਲ ਦੇ ਅੱਗੇ ਆ ਕੇ ਨੰਗਾ ਹੋਊਂਗਾ, ਅਤੇ ਮੈਂ ਬਿਲਕੁਲ ਉਸ ਟਾਈਮ 'ਤੇ ਅੱਜ ਵੀ ਉੱਥੇ ਹੀ ਖੜਾ, ਮੈਂ ਅੱਜ ਵੀ ਤਿਆਰ ਹਾਂ। ਪਰ ਚਲੋ ਇਹ ਮੈਨੂੰ ਮਜਬੂਰ ਕਰੀ ਜਾਂਦੇ ਆ, ਪਰ ਉਹਨਾਂ ਦੇ ਮਰੇ ਆਪਣਾ ਪ੍ਰਧਾਨ ਖੜੇ ਹੈ, ਇਹ ਆਪ ਕਹਿ ਰਿਹਾ ਵੀ ਮੈਂ ਸ਼ਹਿਰ ਵਾਸੀਆਂ ਤੋਂ ਮਾਫ਼ੀ ਮੰਗਦਾ, ਪਰ ਮੇਰੀ ਤਸੱਲੀ ਇਸ ਗੱਲ 'ਤੇ ਨਹੀਂ ਹੁੰਦੀ। ਮੈਂ ਚਾਹੁੰਦਾ ਵੀ ਜਿਹਨੇ ਸਾਡੀਆਂ ਧੀਆਂ ਭੈਣਾਂ ਦੀ ਨੁਮਾਇਸ਼ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਪਹਿਲਾਂ ਤਾਂ ਪੋਸਟਰ ਵਾਲਾ ਜਿਹਨੇ ਛਾਪੇ ਉਹਦੇ 'ਤੇ ਪਰਚਾ ਦਿੱਤਾ ਜਾਵੇ। ਜੇ ਕੋਈ ਇਹਨਾਂ ਦੀ ਇਨਵੋਲਵਮੈਂਟ ਲੱਗਦੀ ਹੈ ਪੁਲਿਸ ਨੂੰ ਤਾਂ ਇਹਨਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ। ਜੇ ਕੋਈ ਲੱਗਦੀ ਹੈ ਤਾਂ, ਜੇ ਇਹ ਕਹਿੰਦੇ ਬੁਕਿੰਗ ਨਹੀਂ, ਦੇਖੋ ਮੈਂ ਇਸ ਗੱਲ ਦੇ ਵਿੱਚ ਸਹਿਮਤ, ਜਦੋਂ ਅਸੀਂ ਕੋਈ ਬੁਕਿੰਗ ਕਰਾਉਂਦੇ ਹਾਂ ਅਸੀਂ ਪੈਸੇ ਜਮ੍ਹਾਂ ਕਰਾਉਂਦੇ ਹਾਂ ਫਿਰ ਬੁਕਿੰਗ ਹੁੰਦੀ ਹੈ, ਇਸ ਗੱਲ ਦਾ ਮੈਂ ਸਹਿਮਤ ਹੁੰਦਾ। ਪਰ ਰੋਲਾ ਇਹ ਹੈ ਵੀ ਕਾਰਡ ਦੇ ਅੰਦਰ ਮੈਂ ਨਾਮ ਉਦੋਂ ਹੀ ਛਪਾਉਂਗਾ ਜਦੋਂ ਮੈਨੂੰ ਅੱਗਿਓਂ ਜੈਸ ਹੋ ਜਾਊ। ਪਰ ਮੇਰੀ ਤਸੱਲੀ ਤਾਂ ਹੁੰਦੀ ਹੈ ਜਦੋਂ ਮੈਂ, ਚਲੋ ਇਹਨਾਂ ਨੂੰ ਇੱਕ ਵਾਰੀ ਸ਼ਹਿਰ ਵਾਸੀਆਂ ਕਰਕੇ ਇਹਨਾਂ ਦੀ ਗੱਲ ਨੂੰ ਮੰਨ ਲੈਂਦਾ, ਪਰ ਮੈਂ ਇਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਦਿੰਦਾ। ਇੱਕ ਹਫ਼ਤੇ ਦੇ ਅੰਦਰ ਅਗਰ ਮੇਰੀ ਤਸੱਲੀ ਚੰਗੀ ਤਰ੍ਹਾਂ ਨਾ ਕਰਾਈ, ਕਿਉਂਕਿ ਇਹ ਸਾਰਾ ਸਟਾਫ ਖੜੇ ਆ, ਭੈਣ ਜੀ ਵੀ ਖੜੇ ਆ, ਆਹ ਮੇਜਰ ਸਾਹਿਬ ਤੁਸੀਂ ਇਹ ਵੀ ਖੜੇ ਆ, ਇਹ ਵੀ ਰਿਕੁਐਸਟ ਕਰ ਰਹੇ, ਭੈਣਾਂ ਮੇਰੀ ਭੈਣ ਵਰਗੀ ਹੈ, ਕਿਉਂਕਿ ਅਸੀਂ ਧੀਆਂ ਭੈਣਾਂ ਦੀ ਇੱਜ਼ਤ ਜਿੰਨੀ ਦੇਰ ਅਸੀਂ ਨਹੀਂ ਕਰਾਂਗੇ ਸਾਡਾ ਬਾਹਰਲਾ ਬੰਦਾ ਨਹੀਂ ਕਰੂਗਾ। ਤੁਸੀਂ ਇਹਨਾਂ ਦਾ ਕਸੂਰ ਕੀ ਮੰਨਦੇ ਹੋ ਪ੍ਰੋਟੈਸਟ ਕਰਨ? ਮੈਂ ਇਹਨਾਂ ਦਾ ਕਸੂਰ ਇਹ ਮੰਨਦਾ ਵੀ ਇਹਨਾਂ ਦਾ ਨਾਮ ਹੈ ਜਿਹੜਾ ਸੜਕ ਆਇਆ ਪੋਸਟਰ 'ਤੇ, ਪੋਸਟਰ 'ਤੇ ਇਹਨਾਂ ਦਾ ਨਾਮ ਆਇਆ, ਉਹ ਕਿਸੇ ਗੱਲ 'ਤੇ ਆਇਆ। ਮੇਰੀ ਕੱਲ੍ਹ ਨੂੰ ਤੁਹਾਡੇ ਪੋਸਟਰ ਛਾਪ ਕੇ ਕੋਈ ਤੁਹਾਡਾ ਨਾਮ ਲਿਖੇ? ਮੇਰੇ ਪੋਸਟਰ ਅੱਜ ਤੱਕ ਨਹੀਂ ਛਾਪੇ, ਮੈਂ ਪੋਸਟਰ ਛਾਪਦਾ, ਮੇਰਾ ਨਾਮ ਕਿਵੇਂ ਕੋਈ ਲਊਗਾ? ਇਹ ਕਹਿੰਦੇ ਨੇ, ਇਹਨਾਂ ਦੇ ਕਹਿਣ 'ਤੇ ਮੈਂ ਗੱਲ ਮੰਨਦਾ, ਕਹਿੰਦੇ ਆ ਮੇਰਾ ਪੋਸਟਰ ਨਾ ਅੱਜ ਤੱਕ ਕਿਸੇ ਨੇ ਛਾਪਤਾ। ਇਹ ਉਹ ਇਹਨਾਂ ਕੋਲ ਫੋਨ 'ਤੇ ਇਹਨਾਂ ਕੁਛ ਕਿਹਾ ਜਾਂ ਨਹੀਂ ਕੀਤਾ, ਇਹਨਾਂ ਨੇ ਕੋਈ ਬੁਕਿੰਗ ਕੀਤੀ ਕਿ ਨਹੀਂ ਕੀਤੀ ਮੈਂ ਨਹੀਂ ਜਾਣਦਾ। ਠੀਕ ਹੈ ਨਾ, ਤੁਸੀਂ ਇਹਨਾਂ ਨੂੰ ਕਸੂਰਵਾਰ ਮੰਨਦੇ ਹੋ? ਤੁਹਾਡੇ ਥਰੂ ਪੁਲਿਸ ਨੂੰ ਕਹਿਣਾ ਚਾਹੁੰਦਾ ਵੀ ਇਹਨਾਂ ਦਾ ਸਾਰਾ ਰਿਕਾਰਡ ਜ਼ਬਤ ਕਰਨਾ ਚਾਹੀਦਾ, ਇਹਦੀ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ, ਅਤੇ ਨਹੀਂ ਤਾਂ ਮੈਂ ਪੁਲਿਸ ਦੇ ਖਿਲਾਫ਼ ਵੀ ਜਾ ਸਕਦਾ ਜੇ ਇਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ ਤਾਂ। ਅੱਜ ਕਿਸ ਤਰ੍ਹਾਂ ਪ੍ਰੋਟੈਸਟ ਕਰਨਾ? ਮੇਰਾ ਪ੍ਰੋਟੈਸਟ ਹੈ ਵੀ ਮੈਂ ਇੱਥੇ ਨੰਗਾ ਹੋਣਾ ਸੀ, ਅਲਪ ਨੰਗਾ ਹੋਣਾ ਸੀ, ਮੈਂ ਸਮਾਜ ਦੀ ਇੱਜ਼ਤ ਨੂੰ ਬਚਾਉਣਾ ਚਾਹੁੰਦਾ, ਪਰ ਫਿਰ ਵੀ ਮੇਰੀਆਂ ਧੀਆਂ ਭੈਣਾਂ, ਮੈਂ ਉਹਨਾਂ ਦੇ ਅੱਗੇ ਸਾਡੇ ਬਠਿੰਡੇ ਸ਼ਹਿਰ ਵਾਸੀਆਂ ਦੇ ਅੱਗੇ ਨੰਗਾ ਨਹੀਂ ਹੋ ਰਿਹਾ। ਮੈਂ ਆਪਦਾ ਆਹ ਜ਼ਰੂਰ ਮੈਂ ਆਪਣੀ ਕਮੀਜ਼ ਲਾ ਲਈ ਹੈ, ਬਣੈਣ ਵੀ ਮੈਂ ਲਾਉਣਾ ਚਾਹੁੰਦਾ। ਤੁਹਾਡਾ ਸੰਤੁਸ਼ਟੀ ਤੋਂ ਕੀ ਭਾਵ ਹੈ ਇਹਦੇ ਬਾਰੇ ਥੋੜਾ ਜਿਹਾ ਦੱਸ ਦਿਓ। ਹਾਂਜੀ, ਤੁਹਾਡਾ ਸੰਤੁਸ਼ਟੀ ਅਜੇ ਹੋਈ ਨਹੀਂ? ਨਹੀਂ, ਉਹਦਾ ਭਾਵ ਕੀ ਹੈ? ਮੇਰਾ ਭਾਵ ਇਹ ਹੈ ਵੀ ਮੇਰੀ ਧੀਆਂ ਭੈਣਾਂ ਦੀ ਇੱਜ਼ਤ ਬਰਕਰਾਰ ਰਹਿਣੀ ਚਾਹੀਦੀ ਹੈ, ਉਹਨਾਂ 'ਤੇ ਕੋਈ ਉਂਗਲ ਨਾ ਚੱਕੇ, ਇਹ ਚਰਚਾ ਨਹੀਂ ਹੋਣੀ ਚਾਹੀਦੀ ਕਿ ਇੱਥੇ ਨੁਮਾਇਸ਼ ਹੋਣ ਲੱਗੀ ਸੀ। ਸਰ, SSP ਸਾਹਿਬ ਨੇ ਕੱਲ੍ਹ ਕਿਹਾ ਵੀ ਇਸ ਕੇਸ ਦੀ ਅਸੀਂ ਇਨਕੁਆਇਰੀ ਕਰ ਰਹੇ ਹਾਂ, ਕੀ ਕਹਿਣਾ ਚਾਹੋਗੇ? SSP ਸਾਹਿਬ ਨੇ ਕਿਹਾ ਇਨਕੁਆਇਰੀ ਕਰ ਰਹੇ ਹਾਂ, ਉਹ ਕਹਿੰਦੇ ਵੀ ਅਸੀਂ 2 ਬੰਦਿਆਂ ਦੇ ਪਰਚਾ ਦਿੱਤਾ, ਮੇਰੇ ਨਾਲ ਵੀ ਕੱਲ੍ਹ ਪੁਲਿਸ ਡਿਪਾਰਟਮੈਂਟ ਦੀ ਗੱਲ ਹੋਈ ਸੀ, ਪਰ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਤਸੱਲੀ ਕਰਾਓ। ਦੇਖੋ, ਤਸੱਲੀ ਸ਼ਹਿਰ ਦੀ ਹੋਣੀ ਚਾਹੀਦੀ ਹੈ, ਜੇ ਕੱਲ੍ਹ ਨੂੰ ਕੋਈ ਗੱਲ ਨਿਕਲ ਆਉਂਦੀ ਹੈ ਤਾਂ ਮੈਂ ਦੁਬਾਰਾ ਇੱਥੇ ਹੀ ਆਊਂਗਾ, ਜੇ ਦੁਬਾਰਾ ਕੋਈ ਗੱਲ ਨਿਕਲਦੀ ਹੈ। ਇਹਨਾਂ ਨੂੰ ਚਾਹੀਦਾ, ਇਹਨਾਂ ਨੂੰ ਚਾਹੀਦਾ ਵੀ ਆਪ ਜਾ ਕੇ SSP ਨੂੰ ਮਿਲਣ, ਉਹਨੂੰ ਕਹਿਣ ਵੀ ਇਹਨਾਂ ਨੂੰ ਕਹਿਣ ਸਾਹਿਬ ਨੂੰ ਕਿ ਵੈਰੀਫਿਕੇਸ਼ਨ ਕਰੋ ਜੀ, ਅਗਰ ਮੇਰਾ ਕੋਈ ਦੋਸ਼ ਆ ਤਾਂ ਮੇਰੇ 'ਤੇ ਵੀ ਪਰਚਾ ਦਿੱਤਾ ਜਾਵੇ। ਉੱਧਰ ਹੋਟਲ ਮਾਲਕ ਜਗਦੀਸ਼ ਗਰੋਵਰ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਇਸ ਘਟਨਾਕ੍ਰਮ ਬਾਰੇ ਪਤਾ ਲੱਗਾ ਸੀ ਤਾਂ ਉਹਨਾਂ ਵੱਲੋਂ ਤੁਰੰਤ ਕੋਤਵਾਲੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ 2 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ। ਸਰ, ਮੇਰੇ ਕੋਲ ਕੋਈ ਉਹਦੀ ਰਿਕਾਰਡ ਨਹੀਂ ਹੈ, ਕੋਈ ਮੇਰੇ ਕੋਲ ਉਹਦਾ, ਉਹਨੇ ਬੁਕਿੰਗ ਨਹੀਂ ਕਰਾਈ। ਠੀਕ ਹੈ, ਫੋਨ 'ਤੇ ਹੁਣ ਇੱਥੇ ਰੋਜ਼ ਫੋਨ ਆਉਂਦੇ ਆ, ਸ਼ਾਇਦ ਉਹਨੇ ਫੋਨ ਕੀਤਾ ਹੋਵੇ, ਅਤੇ ਮੇਰਾ ਜਵਾਬ ਅੱਗੋਂ ਇਹ ਸੀਗਾ ਵੀ ਆ ਕੇ ਬੁਕਿੰਗ ਕਰਾਓ, ਆਪਦਾ ਐਡਵਾਂਸ ਦੇ ਕੇ ਜਾਓ, ਅੱਧੇ ਮੇਰਾ ਬੁਕਿੰਗ ਰਜਿਸਟਰ ਫੜ ਲਓ ਸੀ, ਲੋਕਾਂ ਦੇ ਫੋਨ ਨੰਬਰ ਵੀ ਲਿਖੇ ਹੋਏ ਆ, ਕੋਈ ਫਰੋਡ ਨਹੀਂ ਹੈ, ਅਗਲਾ 5000 ਰੁਪਏ ਜਮ੍ਹਾਂ ਕਰਾ ਕੇ ਜਾਂਦਾ ਪਾਰਟੀ ਬੁੱਕ ਕਰਾਉਣ ਵਾਸਤੇ। ਠੀਕ ਹੈ ਸਰ, ਉਹਦੇ ਕੋਲ ਅਸਾਹਮਣੇ ਰਿਕਾਰਡ ਹੈਗਾ ਲੋਕਾਂ ਦੇ ਜਿਹਨੇ ਵਿਆਹ ਬੁੱਕ ਹੋਏ ਵੇ ਆ, ਇਸ ਬੰਦੇ ਦਾ ਮੇਰੇ ਕੋਲ ਕੋਈ ਵਿਆਹ ਬੁੱਕ ਨਹੀਂ ਹੈ, ਕੋਈ ਇਹਦਾ ਸ਼ਗਨ ਬੁੱਕ ਨਹੀਂ ਹੈ। ਹਾਂ, ਫੋਨ ਇਹ ਕਹਿ ਰਿਹਾ ਕੀਤਾ ਸੀ, ਫੋਨ ਤਾਂ ਸਰ ਬਹੁਤ ਆਉਂਦੇ ਆ ਮੇਰੇ ਕੋਲ, ਕੁਛ ਦੇ ਕਰੋੜ ਸਾਹਿਬ 12 ਤਰੀਕ ਖਾਲੀ ਹੈ, ਅਸੀਂ ਹੁੰਦੇ ਖਾਲੀ ਹੁੰਦੀ ਹੈ ਤਾਂ ਅਸੀਂ ਕਹਿ ਦਿੰਦੇ ਹਾਂ ਜੀ ਖਾਲੀ ਹੈ, ਆ ਕੇ ਬੁਕਿੰਗ ਕਰਾ ਜਾਓ, ਐਡਵਾਂਸ ਦੇ ਜਾਓ, ਤੁਹਾਡੀ ਬੁਕਿੰਗ ਐਡਵਾਂਸ ਤੋਂ ਬਗੈਰ ਕੋਈ ਬੁਕਿੰਗ ਨਹੀਂ ਵੈਲਿਡ ਹੁੰਦੀ। ਮਾਫੀ ਮੰਗਦੇ ਸ਼ਹਿਰ ਵਾਸੀਆਂ ਤੋਂ? ਹਾਂ, ਮੈਂ ਸ਼ਹਿਰ ਵਾਸੀਆਂ ਤੋਂ, ਦੇਖੋ ਧੀਆਂ ਭੈਣਾਂ ਮੇਰੀਆਂ ਵੀ ਧੀ ਹੈਗੀ ਹੈ, ਮੇਰੀ ਨੂੰਹ ਵੀ ਹੈਗੀ ਹੈ, ਮੈਂ ਵੀ ਧੀਆਂ ਭੈਣਾਂ ਵਾਲਾ ਹੈਗਾ, ਮੈਂ ਸਾਰੇ ਵਾਸੀਆਂ ਤੋਂ, ਸ਼ਹਿਰ ਵਾਸੀਆਂ ਤੋਂ ਜਿਹਦੇ ਇਹ ਦੁੱਖ ਵਾਲੀ ਘੜੀ 'ਚ ਮੈਂ ਨਾਲ ਖੜਾ, ਮੇਰੀ ਆਪਦੀ ਭੈਣ ਦੀ ਭੈਣ ਵੀ ਹੈਗੀ, ਮੈਨੂੰ ਇਸ ਗੱਲ ਦੀ ਖੁਦ ਬਹੁਤ ਸ਼ਰਮ ਹੈ, ਮੈਂ ਸਭ ਤੋਂ ਮਾਫੀ ਮੰਗਦਾ ਸਾਰੀ ਸ਼ਹਿਰ ਦੀ ਜਨਾਨੀਆਂ ਨੂੰ। ਕਿਤੇ ਇੱਦਾਂ ਨਹੀਂ ਵੀ ਜਵਾਨੀ ਕਲਾਮੀ ਗੱਲ ਹੋਈ ਹੋਵੇ, ਰਿਕਾਰਡ ਨੂੰ ਔਨ ਰਿਕਾਰਡ ਕੀਤਾ ਹੀ ਨਾ ਹੋਵੇ?
थाना कोतवाली के इंचार्ज परमिंदर सिंह ने दस्सिया कि सुंदर कुड़ियां दे मुकाबले करवाने वाले दो लोगों को पुलिस ने गिरफ्तार कर लिया है। इस मामले में जिसकी भी भूमिका सामने आई उस नूं किसी भी हालत में बख्शा नहीं जाएगा। साढ़े 13 तरीक न इस हफ्ते एक मामला ध्यान दे विच आया सी कि शहर दे विच अलग अलग जगह दे उपर सुंदर लड़कियां दा मुकाबला कराउण दे कि पोस्टर लगे हैगे ने। साढ़े मामला ध्यान दे आउण दे विच साढ़े वल्लों एक कंप्लेंट भी साढ़े कोल आई। तुरंत होटल मालक ने साढ़े को कंप्लेंट की कि उस दे विच मेरा भी एक एड्रैस लिखा गया कि यह स्वीट मिलन विखे मुकाबला होगा कि जदों कि मेरे वल्लों कोई ऐसी उन्होंने कही हैगी है ऐसी मेरी उन्होंने कंसेंट नहीं ली तो असी तुरंत कार्रवाई करदे हैं। हैगा मुकदमा नंबर 176/420/419-6 रिप्रजेंटेंट ऑफ वूमन प्रोटैक्शन एक्ट के तहत पब्लिक प्रॉपर्टी डैमेज के एक्ट के तहत असी सैक्शन 3 के तहत कहड़ा हैगा परचा दर्ज कर लिया गया तो उसकी कि तफ्तीश जारी हैगी है। इस दे तहत तफ्तीश करते हुए दो दोषी किन्हां ने नंबर थले लगे से जेडे कि आप विच दी कि बाप बेटा हैगे ने सुरिंदर सिंह तो उसका बाप नूं कि असी गिरफ़्तार कर लिया तो जो कि साढ़े कोल पुलिस रिमांड पर हैं। साढ़े कोल कि हैगा कल भी कुछ लोगों ने जथेबंदियों ने अप्रोच किया कि इस दे कि मुकदमे की तफ्तीश चल रही है इस दे विच कि होटल की भूमिका नूं भी ध्यान में रखना चाहिए है। मेरे द्वारा उन्होंने भी विश्वास दवाया गया अज भी मैं इतने पुजा हैगा अज भी इन वालों यही कहा गया है कि होटल की कि भूमिका देखा जाना चाहिए। असी कल भी विश्वास दवाया सी अज भी मैं विश्वास दवाना कि जेकर तफ्तीश दौरान कोई होटल की भूमिका आई तो असी बिल्कुल कि हैगी रेलीवेंट कि कार्रवाई करा। फिलहाल तफ्तीश चल रही है असी सारा रिकॉर्ड इन्हों का कड़ा है आपके ये कब्जे के लै लिया है तो असी लगातार कड़ा है उन्हों तो दोषियों तो रिमांड दौरान पूछगिछ हो रही है। इसनों सब चीज़ पर टैक्नीकल तौर पर डाकूमेंटरी एविडेंस तौर पर बचा जा रहा है। बिल्कुल कड़े है सीनियर अफसर के स्ट्रिक्ट निर्देश है जे कोई इस दौरान कोई प्रेस वाला जिदे वालों प्रिंट मीडिया वालों छापे गए है उसका कोई रोल आता तो बिल्कुल कड़ी हैगी बनती कार्रवाई की जाऊगी। बिल्कुल जी जे इन्होंने कड़ा है इसलिए ही कि सैक्शन असी 6 कड़ा है वूमेन वाला यह कि है इनडीसेंट कड़ा एक्ट कि वूमेन प्रोवेंशन लाया गया है इसलिए इस सैक्शन लाया गया है।